ਯਾਦ ਨੂੰ ਰਾਤ ਨੂੰ ਉੱਠ ਖੜੇ ਲਾਲਾ ਲਾਲਾ ਹੋ ਗਏ। ਇਹ ਤੁਹਾਡਾ ਆਪਣਾ ਚੈਨਲ ਹੈ, ਇਸ ਨੂੰ ਵੇਖੋ, ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ। ਅਸਲਾਮ ਵਾਲੇਕੁਮ। ਵਾਲੇਕੁਮ ਅਸਲਾਮ। ਕੀ ਹਾਲ ਹੈ ਜੀ? ਅੱਲਾ ਦਾ ਸ਼ੁਕਰ ਹੈ। ਕੀ ਨਾਮ ਹੈ ਆਪਣਾ? ਹਾਂਜੀ, ਆਪਣਾ ਨਾਮ ਦੱਸਿਓ। ਮੇਰਾ ਨਾਮ ਹੈ ਮੁਹੰਮਦ ਅਸਲਮ। ਮੁਹੰਮਦ ਅਸਲਮ ਸਾਹਿਬ, ਤੁਹਾਡੇ ਅੱਬਾ ਜੀ ਦਾ ਕੀ ਨਾਮ? ਸਾਡੇ ਅੱਬਾ ਜੀ ਦਾ ਨਾਮ ਹੈ ਫਤਿਹ ਮੁਹੰਮਦ। ਤੇ ਬਰਾਦਰੀ ਆਪਣੀ ਕਿਹੜੀ? ਬਰਾਦਰੀ ਰਾਜਪੂਤ। ਰਾਜਪੂਤ ਤੇ ਗੋਤ ਤੁਹਾਡੀ ਕਿਹੜੀ? ਗੋਤ ਮੰਜ। ਮੰਜ, ਹਾਂ। ਤੇ ਇਸ ਵਕਤ ਤੁਸੀਂ ਕਿਹੜੇ ਪਿੰਡ ਬੈਠੇ ਹੋ? ਇੱਥੇ। ਨਾਂ ਕੀ ਇਹਦਾ? ਇਹਦਾ ਗੁਲਾਲੀਪੁਰ। ਚੱਕ ਦਾ ਨੰਬਰ ਕਿੰਨਾ? 72। ਇਹ ਗੁਲਾਲੀਪੁਰ ਦੇ ਨੇੜੇ ਇੱਕ ਦੋ ਪਿੰਡਾਂ ਦੇ ਨਾਂ ਲਵੋ। ਅਸੋਲ, ਚੁਪਾਲ, ਸਰਲੇ, ਚੱਬਾ, ਚਾਹਾਂ ਕਤਾਲੀ ਆ ਜਾ, ਡਗੋਰਾ ਆ ਜਾ, ਇੱਧਰ ਮਾਲਾ ਆ ਜਾ, ਸਿਰੇਆਲਾ ਆ ਜਾ, ਪੈਂਸਰਾ ਆ ਜਾ, ਡੰਡੇਆਲ, ਆ ਸਾਰੇ ਪਿੰਡ ਪਟੋਰੀ ਸਾਰੇ ਹੀ ਪਏ ਵਿੱਚ। ਜਗਤਪੁਰਾ, ਜਗਤਪੁਰਾ ਕੋਈ 41 ਪਿੰਡ ਵੀ ਹੈਗਾ ਵਾ? ਹਾਂਜੀ, 41। ਅੱਛਾ, ਪਿੱਛੇ ਹਿੰਦੁਸਤਾਨ 'ਚ ਆਪਣਾ ਪਿੰਡ ਕਿਹੜਾ ਸੀਗਾ? ਕੁਤਬਾ ਬਾਹਮਣੀਆਂ। ਕੁਤਬਾ ਬਾਹਮਣੀਆਂ ਦਾ? ਹਾਂ। ਇਹਦੇ ਕੁਤਬੇ ਦੇ ਨੇੜੇ ਤੇੜੇ ਦੋ ਚਾਰ ਪਿੰਡਾਂ ਦੇ ਨਾਂ ਲਵੋ ਤਾਂ। ਪਟੋਰੀ, ਕੁਲ, ਛਾਪਾ, ਅਰਦਾਸਪੁਰਾ, ਸ਼ਿਵਾਜਪੁਰ, ਜੌਲਾਂ, ਇਹ ਪਿੰਡ ਦੇ ਤੁਹਾਡੇ ਲਾਗ। ਅਤੇ ਤਹਿਸੀਲ ਕਿਹੜੀ ਲੱਗਦੀ ਸੀ ਤੁਹਾਨੂੰ? ਹੈ ਤਹਿਸੀਲ ਕਿਹੜੀ ਸੀ ਤੁਹਾਡੀ? ਤਹਿਸੀਲ ਧੂਰੀ। ਅੱਛਾ, ਅਤੇ ਰਿਆਸਤ ਪਟਿਆਲਾ। ਰਿਆਸਤ ਪਟਿਆਲਾ, ਹਾਂ। ਨਜ਼ਦੀਕ ਤੁਹਾਨੂੰ ਰੇਲਵੇ ਸਟੇਸ਼ਨ ਕਿਹੜਾ ਲੱਗਦਾ ਸੀਗਾ? ਇਹ ਨਹੀਂ ਆ, ਐਵੇਂ ਕਹੀਏ, ਸਾਨੂੰ ਪਤਾ ਨਹੀਂ। ਰੇਲਵੇ, ਠੀਕ ਆ, ਪਿੱਛੇ ਆਰਾਮ ਨਾਲ ਬੈਠੋ। ਹਾਂ, ਠੀਕ ਆ। ਰਾਤ ਨੂੰ ਉੱਠੇ ਆ, ਗੱਡੇ ਲੱਦੇ ਸਮਾਨ ਦੇ, ਬਾਹਰ ਖੜੇ ਅਸੀਂ ਮੀਆਂ ਚ ਲੈ ਕੇ ਆਏ ਆ ਬਾਹਰੋਂ ਚਾਰ ਕੇ, ਅਤੇ ਆਉਂਦਿਆਂ ਨੇ ਬਟਾਰੂਆਂ ਨੇ ਸਮਾਨ ਗੱਡੇ 'ਤੇ ਲੱਦਿਆ, ਬਲਦ ਨਾਲ ਬੰਨੇ ਹੋਏ। ਜਿਹੜੇ ਜਵਾਨ ਬੰਦੇ ਸੀ ਨਾ, ਜਵਾਨ ਗੱਭਰੂ, ਉਹ ਸਾਈਡਾਂ 'ਤੇ ਹੋ ਗਏ, ਔਰਤਾਂ ਬੱਚੇ ਵਿਚਾਲੇ ਗੱਲ ਹੈ। ਅਸੀਂ ਫਿਰ ਆਏ ਰਾਏਕੋਟ ਕੰਪ ਵਿੱਚ, ਬੱਚੇ ਰਾਏਕੋਟ ਅੱਗੇ, ਫਿਰ ਉੱਥੇ ਬੈਠੇ ਰਹੇ, ਫਿਰ ਉੱਥੋਂ ਕਾਫਲਾ ਚੱਲ ਪਿਆ, ਪਹਿਣੇ ਆਏ, ਪਹਿਣੇ ਉਹ ਫਿਰ ਅੱਗੇ ਚੱਲੇ, ਉੱਥੇ ਆ ਕੇ ਫਿਰ ਸਾਨੂੰ ਟਰੱਕ ਲੱਗ ਗਿਆ। ਫਿਰ ਅਸੀਂ ਆ ਕੇ ਹੈਡ ਗੰਡਾ ਸਿੰਘ ਕਸੂਰ ਦੇ ਨਾਲ ਆ, ਇੱਥੇ ਆ ਕੇ ਬੈਠੇ, ਲੰਘ ਕੇ ਪਾਰ ਪਾਕਿਸਤਾਨ 'ਚ, ਫਿਰ ਆ ਕੇ ਬੈਠੇ ਚੱਠਿਆਂ ਵਾਲੇ, ਦਬਥੂ, ਰਾਜਾ ਜੰਗ, ਇਹਨਾਂ ਪਿੰਡਾਂ 'ਚ ਚੌਂ 'ਚ ਰਹੇ। ਫਿਰ ਉੱਥੋਂ ਸਾਡੇ ਨਾਨਕੇ ਇੱਥੇ ਬੈਠੇ, ਉਹ ਸਾਨੂੰ ਇੱਥੇ ਲੈ ਆਏ। ਨਾਨਕੇ ਤੁਹਾਡੇ ਗੁਲਾਲੀਪੁਰ ਦੇ ਵਿੱਚ ਪਹਿਲੇ ਦੇ ਬੈਠੇ ਸੀਗੇ? ਉਹ ਵੀ ਉਹ ਪਤਾ ਲੱਗਾ, ਉਹ ਸਾਤੋਂ ਪਹਿਲੇ ਆ ਗਏ ਸੀ ਇੱਧਰ। ਅੱਛਾ, ਹਾਂ। ਉੱਥੇ ਤੁਹਾਡੇ ਨਾਨਕੇ ਕਿੱਥੇ ਰਹਿੰਦੇ ਸੀਗੇ? ਧਨਾਨਸੂ, ਇਹਨਾਂ ਦੇ ਪਿੰਡ। ਅੱਛਾ, ਇਹਨਾਂ ਦੇ ਪਿੰਡ ਧਨਾਨਸੂ ਤੁਹਾਡੇ ਨਾਨਕੇ ਰਹਿੰਦੇ ਸੀਗੇ, ਠੀਕ ਹੋ। ਕੀ ਨਾਂ ਸੀ ਆਪਣੇ ਨਾਨੇ ਦਾ? ਰਹਿਮੇ ਖਾਂ। ਰਹਿਮੇ ਖਾਂ, ਹਾਂ। ਸੱਤ ਪੁੱਤਰ ਸੀ ਉਹਦੇ ਘਰ ਨਾਲ। ਮਾਸ਼ਾ ਅੱਲਾਹ, ਕੀ ਨਾਂ ਸੀ ਉਹਨਾਂ ਦੇ ਮੁੰਡਿਆਂ ਦੇ? ਹਾਂਜੀ, ਬੜਾ ਮਜੀਦ, ਉਰਦੂ ਛੋਟਾ ਬਸ਼ੀਰ, ਉਰਦੂ ਛੋਟਾ ਗਫੂਰ, ਉਰਦੂ ਛੋਟਾ ਫਜ਼ਲ, ਰਾਣਾ ਅਫਜ਼ਲ, ਹਾਦੀ, ਠੀਕ ਹੋ ਗਿਆ। ਅਤੇ ਤੁਹਾਡੇ ਮਾਸੀਆਂ ਵੀ ਸੀਗੀਆਂ? ਮਾਸੀਆਂ ਦੋ, ਇੱਕ ਦਾ ਨਾਂ ਹੁਰਮਤੇ ਸੀ, ਇੱਕ ਦਾ ਨਾਂ ਮੁਹੰਮਦ ਜਾਨ ਸੀ। ਅਤੇ ਤੁਹਾਡੀ ਅੰਮੀ ਦਾ ਕੀ ਨਾਂ? ਮੇਰੀ ਅੰਮੀ ਦਾ ਨਾਂ ਸੀ ਉਲਫਤੇ। ਅੱਛਾ, ਇਹ ਦੱਸੋ ਵੀ ਜਦੋਂ ਤੁਸੀਂ ਇੱਧਰ ਪਾਕਿਸਤਾਨ ਨੂੰ ਆਏ ਸੀ, ਉਸ ਵੇਲੇ ਤੁਸੀਂ ਕਿੰਨੇ ਭੈਣ ਭਾਈ ਸੀਗੇ? ਅਸੀਂ ਚਾਰ ਭਰਾ ਸੀ, ਦੋ ਭੈਣਾਂ ਦੇ ਕਬਾਲ ਦਾ। ਅੱਛਾ, ਚਾਰ ਭਰਾ। ਤੇ ਭੈਣਾਂ ਭਰਾਵਾਂ 'ਚ ਤੁਹਾਡਾ ਨੰਬਰ ਕਿੰਨਵਾਂ ਸੀਗਾ? ਮੈਂ ਸਾਰਿਆਂ ਤੋਂ ਛੋਟਾ। ਅੱਛਾ, ਸਾਰਿਆਂ ਤੋਂ ਛੋਟਾ, ਬਿਲਕੁਲ, ਠੀਕ ਹੋ ਗਿਆ। ਆਪਣੇ ਬਜ਼ੁਰਗਾਂ ਵਿੱਚੋਂ ਤੁਸੀਂ ਆਪਣੇ ਦਾਦਾ ਦਾਦੀ ਦੇਖੇ? ਬੜੇ ਸੋਹਣੇ ਰੰਗ ਚੰਗੇ ਦੇਖੇ ਇੱਥੇ। ਅੱਛਾ, ਹਾਂ, ਰਹਿਮੇ ਖਾਂ। ਅੱਛਾ, ਹਾਂ। ਤੇ ਇਕੱਠੇ ਰਹਿੰਦੇ ਸੀਗੇ ਸਾਰੇ? ਉੱਥੋਂ ਲਾਹੌਰੋਂ ਆ ਕੇ ਇੱਥੇ ਬਹਿ ਕੇ ਇੱਕੋ ਹੱਥ 'ਚ ਰਹੇ ਹਾਂ। ਨਹੀਂ, ਉੱਥੇ ਪਿੱਛੇ ਇਕੱਠੇ ਰਹਿੰਦੇ ਸੀਗੇ? ਨਾ ਨਾ, ਇਹ ਧਨਾਨਸੂ 'ਚ ਬੈਠੇ ਸਾਡੇ ਨਾਨਕੇ, ਅਸੀਂ ਬੈਠੇ ਸੀ ਰਿਆਸਤ ਪਟਿਆਲੇ 'ਚ। ਨਹੀਂ, ਉਹ ਤਾਂ ਠੀਕ ਹੈ, ਮੈਂ ਤੁਹਾਡੇ ਦਾਦੇ ਦਾ ਪੁੱਛਿਆ ਕਿ ਤੁਹਾਡੇ ਦਾਦਾ ਜਿਹੜਾ ਸੀਗਾ। ਸਾਡਾ ਦਾਦਾ ਉੱਥੇ ਬੈਠਾ ਜੀ, ਬਹੁਤ ਦੇਰ ਤੋਂ। ਉਹ ਤਾਂ ਉੱਥੇ ਬੈਠਾ ਸੀ, ਤੁਸੀਂ ਦੇਖਿਆ ਨਾ ਆਪਣਾ ਦਾਦਾ? ਨਹੀਂ, ਦਾਦਾ ਨਹੀਂ ਦੇਖਿਆ ਮੈਂ, ਝੂਠ ਨਹੀਂ ਬੋਲਾਂ, ਉਹਦਾ ਨਾਂ ਸੀ ਸਰਦਾਰ ਲਈ। ਅੱਛਾ, ਹਾਂ, ਉਹਨੇ ਚਾਚੇ ਤਾਏ
ਚਾਚੇ ਤਾਏ ਦੇ ਕੇ ਅਹਿਮਦ ਖਾਨ ਨੰਬਰਦਾਰ ਸੀ ਅੱਛਾ ਉਹ ਸਾਡਾ ਤਾਇਆ ਸੀ ਠੀਕ ਆ ਹਾਂਜੀ ਅੱਛਾ ਤੇ ਤੁਹਾਡੇ ਪਿੰਡ ਦੇ ਵਿੱਚ ਆਟਾ ਪਸਾਉਣ ਲਈ ਲੋਕ ਕੀ ਕਿੱਦਾਂ ਪਸਾਉਂਦੇ ਸੀ ਆਟਾ ਕਣਕ ਮੱਕੀ ਛੋਲੇ ਕਮਾਦ ਚਰੀ ਬਾਜਰਾ ਸਾਰਾ ਕੁਛ ਹੁੰਦਾ ਸਾਡੇ ਮੂੰਗੀ ਮੋਠ ਸਭ ਕੁਛ ਹੁੰਦਾ ਸੀ ਤੇ ਪਾਣੀ ਨਹਿਰ ਦਾ ਪਾਣੀ ਤੇ ਖੂਹ ਵੀ ਸੀਗੇ ਖੂਹ ਵੀ ਸੀਗੇ ਮੈਂ ਖੂਹ ਚ ਨਹਾਤਾ ਕਿਹੜੇ ਖੂਹ ਤੇ ਉਹ ਸਾਡੇ ਲਾ ਗਏ ਸੀ ਪਿੰਡ ਜੰਡੀ ਵਾਲਾ ਖੂਹ ਕਹਿੰਦੇ ਸੀ ਉਹਨੂੰ ਅਸੀਂ ਸਾਡਾ ਜਿਹੜਾ ਖੇਤ ਸੀ ਨਾ ਵਿੱਚ ਜਿਹਨੂੰ ਮਰਬਾ ਬੋਲਦੇ ਹੋਣਾ ਇੱਧਰ ਉਹਨੂੰ ਕਹਿੰਦੇ ਸੀ ਭਲਾਣੀ ਵਾਲਾ ਉਹ ਮੋਕਾ ਹੀ ਉੱਥੋਂ ਨਿਕਲਦਾ ਸੀ ਮੈਂ ਦੇਖਿਆ ਸਾਰਾ ਕੁਝ ਜਾਂਦਾ ਰਿਹਾ ਮੈਂ ਮਾੜਾ ਜਿਹਾ ਮਈਆਂ ਮਈਆਂ ਚਾਰਦੇ ਫਿਰ ਆਪਣਾ ਘਰ ਤਾਂ ਦੱਸੋ ਫਿਰ ਤੁਹਾਨੂੰ ਅਗਰ ਪਿੰਡ ਆਪਣਾ ਘਰ ਜਾਣਾ ਹੋਵੇ ਤੁਸੀਂ ਅੱਜ ਚਲੇ ਜਾਓਗੇ ਬਈ ਨਹੀਂ ਐਵੇਂ ਚੜ੍ਹਦੇ ਪਾਸੇ ਸਾਡੇ ਸੀ ਛੱਪੜ ਇਸ ਪਾਸੇ ਚੜ੍ਹਦੇ ਬਾਈ ਇੱਥੋਂ ਇੱਕ ਬਾਜ਼ਾਰ ਬਣਦਾ ਸੀ ਉੱਥੇ ਦੋ ਖੂਹ ਸੀ ਸਾਡੇ ਪਾਣੀ ਪੂਣੀ ਵਾਸਤੇ ਬੋਕਾ ਪਾਉਂਦੇ ਸੀ ਖੀੜ ਬੰਨੀ ਸੀ ਉਹਦੇ ਨਾਲ ਪਾਣੀ ਖਿੱਚਦੇ ਸੀ ਹਾਂਜੀ ਗਲੀ ਦੇ ਵਿੱਚ ਇੱਕ ਮਹਾਜਨ ਦੀ ਦੁਕਾਨ ਸੀ ਮੱਛੀਆਂ ਰੇੜੀਆਂ ਗੱਚਕਾਂ ਅਸੀਂ ਪਾਈਆ ਪਾਈਆ ਦਾਣੇ ਲਏ ਉਹਨੇ ਲਏ ਜਾਣੇ ਘਰੋਂ ਉਹਦਾ ਨਾਂ ਸੀ ਬਲਦੇਵ ਉਸ ਮਹਾਜਨ ਦਾ ਨਾਂ ਸੀ ਬਲਦੇਵ ਹਾਂਜੀ ਬਲਦੇਵ ਉਸ ਮਹਾਜਨ ਦਾ ਨਾਂ ਸੀ ਬਲਦੇਵ ਹਾਂਜੀ ਦੇਖਿਆ ਚੰਗਾ ਜਵਾਨ ਸੀ ਉਹ ਸਾਡੀ ਗਲੀ ਦੇ ਵਿੱਚ ਅਸੀਂ ਨਾਂਘੇ ਜਾਂਦੇ ਸੀ ਕੋਟ ਦੇ ਸਿਆਣੇ ਜਾਂ ਅਸੀਂ ਸਿਆਣੇ ਬੈਠੇ ਏਦਾਂ ਮੈਂ ਆਪਣੇ ਨਾਲ ਨਿਆਣਾ ਲੈ ਜਾਈਏ ਸਾਡਾ ਇੱਕ ਬਰਾਦਰ ਭਰਾ ਸੀ ਸ਼ਰੀਕੇ ਕਬੀਲੇ ਚ ਉਹਦਾ ਨਾਂ ਸੀ ਯਕੂਬ ਉਹ ਸਾਨੂੰ ਨਾਲ ਲੈ ਜਾਂਦਾ ਸੀ ਆਓ ਚੱਲੀਏ ਆਪਣੇ ਬਜ਼ੁਰਗਾਂ ਦੀ ਉੱਥੇ ਜ਼ਮੀਨ ਹੋਣੀ ਹਾਂਜੀ ਜ਼ਮੀਨ ਸੀਗੀ ਹਾਂ ਜ਼ਮੀਨ ਸੀਗੀ ਕਿੰਨੀ ਕੁ ਬਸ ਹੁਣ ਇੱਥੇ ਨੌ ਕੜੀਆਂ ਪਈਆਂ ਸਾਨੂੰ ਆਪ ਦੋ ਚਾਚੇ ਤਾਇਆਂ ਨੂੰ ਦੋ ਭਰਾਵਾਂ ਨੂੰ ਨੌ ਕੜੀਆਂ ਪਈਆਂ ਠੀਕ ਹੋ ਗਿਆ ਅੱਛਾ ਫਿਰ ਤੁਸੀਂ ਆਪਣੀ ਦੱਸੋ ਕਿ ਕਿੱਦਾਂ ਕਿੱਦਾਂ ਉਹ ਕਹਾਣੀ ਨਹੀਂ ਕਿ ਜਦੋਂ ਉੱਥੋਂ ਉੱਜੜੇ ਸੀਗੇ ਆਇਆ ਸਮਾਨ ਸਮੂਨ ਸਾਰਾ ਲੱਦ ਲਿਆ ਸੀਗਾ ਗੱਡੀਆਂ ਦੇ ਲੱਦਿਆ ਦੇਖਿਆ ਚੱਕਾ ਚੁੱਕਾ ਕਿਸੇ ਨੇ ਕੁਛ ਨਹੀਂ ਬਿਲਕੁਲ ਉੱਦਾਂ ਖੇਤ ਹੀ ਚੱਕਿਆ ਦੌੜੇ ਜਿਹਾ ਜਿਹਨੂੰ ਕਹਿੰਦੇ ਸੀ ਤੂੜੀ ਨਹੀਂ ਸੀ ਪਾਉਂਦੇ ਹੁੰਦੇ ਬਸ ਉਹ ਚੱਕਿਆ ਬਾਰਿਸ਼ ਪਈ ਰਹਿ ਕੋਟ ਕੰਪ ਚ ਆ ਗਏ ਸਾਨੂੰ ਬਹੁਤ ਬਾਰਿਸ਼ ਪਈ ਨਾ ਪਾਣੀ ਪਾਣੀ ਫਿਰਦਾ ਸੀ ਤੇ ਰਹਿ ਕੋਟ ਕਿੰਨਾ ਕਰਸਾ ਰਹਿ ਤੁਸੀਂ ਰਹਿ ਕੋਟ ਦਾ ਸੀਗਾ ਕੋਈ ਚਾਰ ਕੋ ਨਹੀਂ ਕਿੰਨੇ ਦਿਨ ਉੱਥੇ ਰਹੇ ਤੁਸੀਂ ਉੱਥੇ ਤਕਰੀਬਨ ਪੰਜ ਚਾਰ ਦਿਨ ਲੱਗ ਹੀ ਗਏ ਮਾਲ ਜਿਹੜਾ ਲਿਆਂਦਾ ਸੀ ਲੋਕਾਂ ਨੇ ਸਾਡਾ ਇੱਕ ਬੰਦਾ ਉਧਰ ਬੈਠਾ ਸਿਆਣਾ ਉਹ ਭਰਾ ਸਾਡਾ ਉਹਨੇ ਬੋਤੀ ਲਿਆਂਦੀ ਇੰਡੀਆ ਚੋਂ ਆਪਣੀ ਕੈਂਪ ਚ ਉਹ ਸਿੱਖ ਮੰਗ ਰਹੇ ਬਥੇਰੀ ਉਹਨੇ ਕਹਿੰਦੇ ਉਹਨੇ ਮਹਾਰਾ ਨਾਟੀ ਚੋਂ ਗੱਡੀਆਂ ਕੱਢ ਕੇ ਆਜ਼ਾਦ ਕਰਤੀ ਜਾ ਪੱਠੇ ਲੈਣ ਜਾਂਦੇ ਸੀ ਪਰਚੇ ਮਾਰਦੇ ਸੀ ਇਕੱਲੇ ਬੰਦੇ ਦੋ ਚਾਰ ਰਲ ਕੇ ਫਿਰ ਉਹਨੇ ਉਂਜੀ ਛੱਡਤੀ ਉਹ ਬੋਤੀ ਕੀ ਛੱਡਤੀ ਡਾਚੀ ਡਾਚੀ ਹਨੀਫ ਉਹਦਾ ਨਾਂ ਜਿਹਨੇ ਡਾਚੀ ਲਿਆਂਦੀ ਸੀ ਬਾਪ ਦਾ ਨਾਂ ਉਹਦਾ ਬੱਗੇ ਖਾਂ ਹਾਂਜੀ ਅਜਾ ਹਿਆ ਤਾਂ ਚੰਗਾ ਭਲਾ ਬੈਠਾ ਉੱਧਰ ਹੋਰ ਗੱਲਾਂ ਪੁੱਛਣੀ ਚੱਲ ਮੇਰੇ ਨਾਲ ਮੈਂ ਤੈਨੂੰ ਚੱਲ ਦਿਖਾ ਚੱਲਦਾ ਤੁਹਾਡੇ ਨਾਲ ਸਾਰਾ ਹੀ ਦਿਖਾ ਦੂੰ ਤੈਨੂੰ ਦੋਏ ਦਿਖਾ ਦੂੰ ਬਜ਼ੁਰਗ ਜਿਹੜੇ ਸਾਡੇ ਬੈਠੇ ਆ ਕਿਉਂ ਜੀ ਮਾਸ਼ਾਅੱਲਾ ਫਿਰ ਤਾਂ ਬਹੁਤ ਅੱਛੀ ਗੱਲ ਹੋ ਗਈ ਠੀਕ ਹੋ ਗਿਆ ਅੱਛਾ ਫਿਰ ਰਾਏਕੋਟ ਤੋਂ ਫਿਰ ਤੁਸੀਂ ਅੱਗੇ ਜੇ ਆਏ ਆ ਬਸ ਤੁਰ ਪਏ ਅੱਛਾ ਪੈਦਲ ਹੀ ਪੈਦਲ ਹੀ ਅੱਛਾ ਹਾਂ ਜੀ ਹਾਂ ਬਿਲਕੁਲ ਕਿਸੇ ਕਾਫਲੇ ਦੇ ਨਾਲ ਜਾਂ ਉਦਾਂ ਇਕੱਲੇ ਤੁਰ ਪਏ ਕਾਫਲਾ ਇਕੱਠਾ ਹੀ ਸਾਰਾ ਹੀ ਫਿਰ ਫੌਜ ਵੀ ਸੀਗੀ ਨਾਲ ਉਹ ਸੀਗੇ ਇੰਨੇ ਇੰਨੇ ਇੱਕ ਛੋਟੇ ਛੋਟੇ ਜਿਹੇ ਮਰੱਟੇ ਜਿਨ੍ਹਾਂ ਨੂੰ ਕਹਿੰਦੇ ਆ ਛੋਟੇ ਛੋਟੇ ਇਹਨਾਂ ਨੇ ਕਰਦੇ ਰਾਤ ਫਿਰ ਕਿਸੇ ਨੇ ਹਮਲਾ ਤਾਂ ਨਹੀਂ ਕੀਤਾ ਜਿੱਥੇ ਤੁਹਾਡੇ ਕਾਫਲੇ ਤੇ
ਨਹੀਂ ਹਮਲਾ ਕੋਈ ਨਹੀਂ ਸਾਡੇ ਅੱਲਾ ਦੀ ਬੜੀ ਰਹਿਮਤ ਰਹੀ ਹੈ ਮੱਲ ਆ ਕੇ ਨਾ ਸਾਡੇ ਮੱਲ ਪਿੰਡ ਮੱਲ ਉੱਥੇ ਆਣ ਕੇ ਕਾਫਲੇ ਤੋਂ ਥੋੜੀ ਜਿਹੀ ਹਰਕਤ ਹੋਈ ਸੀ ਇੱਕ ਲੜਕੀ ਬਾਹਰ ਨਿਕਲੀ ਉਹ ਉਹਨਾਂ ਨੇ ਫੜ ਲਈ ਸੀ ਉਹ ਮਰਾਠਿਆਂ ਨੂੰ ਕਹਿ ਲਿਆ ਜਾਂ ਮੁਸਲਮਾਨਾਂ ਦੇ ਬੰਦਿਆਂ ਨੂੰ ਕਹਿੰਦਾ ਸਿਪਾਹੀਆਂ ਉਹਨਾਂ ਨੂੰ ਛੁਡਾ ਕੇ ਨਾ ਫਿਰ ਪੈਰਾਂ ਕਰਤੀ ਅਸੀਂ ਤਾਂ ਫਿਰ ਐਂ ਲੰਬੇ ਹੀ ਪੈ ਗਏ ਸਮਝ ਲਾ ਤੂੰ ਉੱਥੇ ਕੈਂਪ 'ਚ ਡਰਦੇ ਲੰਬੇ ਹੀ ਪੈ ਗਏ ਤਾੜ ਤਾੜ ਹੀ ਹੁੰਦੀ ਸੀ ਗੌਰਮੈਂਟ ਨੇ ਟਰੱਕਾਂ ਚ ਮੈਂ ਟਰੱਕ ਚ ਗੁਆਚ ਗਿਆ ਸੀ ਸਮਝ ਲਾ ਆਪਣੇ ਇੱਕ ਮਾਈ ਸੀ ਸਿਆਣੇ ਜੀ ਉਹਨੇ ਮੈਨੂੰ ਬੁੱਕਲ ਚ ਲਗੋ ਲਿਆ ਹਾਂ ਇਹ ਸਿਆਣੇ ਦੱਸਦੇ ਆ ਮੇਰੇ ਭਰਾ ਵੀ ਅਸੀਂ ਫਿਰ ਜਾ ਕੇ ਤੈਨੂੰ ਕੱਢਿਆ ਉਹ ਫਿਰ ਆਵਾਜ਼ ਪੈ ਗਈ ਨਾ ਉੱਥੇ ਵੀ ਫਲਾਣਾ ਟਰੱਕ ਫਲਾਣੇ ਸੜਕ ਤੋਂ ਆ ਰਿਹਾ ਹੋ ਗਿਆ ਹੋ ਗਿਆ ਹੋ ਗਿਆ ਉੱਥੋਂ ਫਿਰ ਆ ਕੇ ਬੰਦੇ ਲੈ ਜਾਂਦੇ ਸੀ ਇੱਥੇ ਆ ਕੇ ਟਰੱਕ ਲੈਂਦਾ ਇੱਥੇ ਬੰਦੇ ਚਲੇ ਜਾਂਦੇ ਸੀ ਕਿੰਬ ਚੋਟ ਅਤੇ ਜਿਹੜਾ ਬੰਦਾ ਆਪਣਾ ਉਹ ਲੈ ਆਉਣਾ ਅਤੇ ਕਸੂਰ ਤੋਂ ਫਿਰ ਅੱਗੇ ਫਿਰ ਤੁਸੀਂ ਕਿੱਥੇ ਰਹੇ ਕਸੂਰੋਂ ਜੀ ਫਿਰ ਅਸੀਂ ਆ ਗਏ ਤੁਹਾਨੂੰ ਦੱਸਿਆ ਰਾਜਾ ਜੰਗ ਚੱਠਿਆਂ ਵਾਲਾ ਪਿੰਡ ਆ ਬਾਰਡਰ ਦੇ ਨਾਲ ਫਿਰ ਉੱਥੇ ਤਫਤੂ ਆ ਗਏ ਦਸ ਬਾਰਾਂ ਘਰ ਸੀ ਅਸੀਂ ਇੱਕੋ ਪਿੰਡ ਦੇ ਹਾਂ ਚੱਠਿਆਂ ਵਾਲੇ ਵੀ ਆਏ ਉੱਥੇ ਵੀ ਕੋਈ ਦਸ ਦਿਨ ਰਹੇ ਉੱਥੇ ਵੀ ਆਲੇ ਦੁਆਲੇ ਪੱਟ ਪੁੱਟ ਕੇ ਗੰਨੇ ਗੁੰਨੇ ਚੁੱਪੇ ਹੈਂ ਅਤੇ ਰਾਜਾ ਜੰਗ ਆ ਤੇਰੇ ਆਪਣੇ ਕਸੂਰ ਰੋਡ 'ਤੇ ਆ ਰਾਏ ਪਿੰਡ ਤੋਂ ਅਗਲੇ ਪਾਸੇ ਉੱਥੇ ਵੀ ਰਹੇ ਅਤੇ ਫਿਰ ਜਿਹੜੀ ਪਿੱਛੇ ਜ਼ਮੀਨ ਛੱਡ ਕੇ ਆਇਆ ਸੀ ਉਹਦੇ ਬਦਲੇ ਜ਼ਮੀਨ ਮਿਲ ਗਈ ਸੀਗੀ ਉੱਧਰ ਜਿਹੜੀ ਉੱਥੇ ਜ਼ਮੀਨ ਛੱਡੀ ਆ ਹਾਂ ਉਹਦੇ ਬਦਲੇ ਫਿਰ ਤੁਹਾਨੂੰ ਪਾਕਿਸਤਾਨ ਦੀ ਜ਼ਮੀਨ ਮਿਲ ਗਈ ਸੀ ਮਿਲ ਗਈ ਸੀ ਹਾਂ ਕਿੰਨੀ ਕੁ ਉਹ ਕਿੱਲਾ ਜੇ ਮਿਲਿਆ ਸੀ ਫਿਰ ਗਾਹਾਂ ਸਾਡੇ ਜੂਨ ਟਾਏ ਫਿਰ ਕਨਫਰਮ ਹੋਈ ਫਿਰ ਪੈ ਗਈ ਪੱਕੀ ਜ਼ਮੀਨ ਠੀਕ ਹੋ ਗਈ ਹਾਂ ਅੱਛਾ ਤੁਹਾਡੇ ਜੀ ਉੱਥੋਂ ਮਤਲਬ ਸਾਰੇ ਖੈਰ ਖਰੀਦਣਾ ਆ ਗਏ ਬਿਲਕੁਲ ਅਮਨ ਮਾਨ ਅਮਨ ਮਾਨ ਬਿਲਕੁਲ ਅੱਛਾ ਇਹ ਤੁਹਾਨੂੰ ਯਾਦ ਪੈਂਦਾ ਵੀ ਜਦੋਂ ਉੱਥੇ ਹਿੰਦੁਸਤਾਨ 'ਚ ਤੁਸੀਂ ਕਸੂਰ ਪਹੁੰਚੇ ਆ ਹਾਂ ਤੇ ਕਿਹੜੀ ਈਦ ਤੁਸੀਂ ਉੱਥੇ ਕਸੂਰ ਆ ਕੇ ਕੀਤੀ ਆ ਕੀ ਕੀਤਾ ਮਤਲਬ ਕਿਹੜੀ ਈਦ ਤੁਸੀਂ ਕਸੂਰ ਆ ਕੇ ਕੀਤੀ ਈਦ ਛੋਟੀ ਸੀ ਬੜੀ ਸੀਗੀ ਉਹ ਬਾਜੀ ਉੱਥੋਂ ਤੁਰਿਆ ਬੈਠ ਫਿਰ ਲੰਘੇ ਗਾਹਾਂ ਡਿੱਗਦੇ ਡਿੱਗੀ ਤੁਰੇ ਗਏ ਬਹਿ ਗਏ ਪਾਕਿਸਤਾਨ ਆ ਗਏ ਬਹਿ ਜਾਓ ਬਹਿ ਜਾਓ ਬਹਿ ਜਾਓ ਉੱਥੇ ਬਹਿ ਗਏ ਅੱਛਾ ਹਾਂ ਠੀਕ ਹੋ ਗਿਆ ਅੱਛਾ ਇਹ ਦੱਸੋ ਵੀ ਤੁਹਾਡੇ ਹੁੰਦੇ ਆ ਛੋਟੇ ਹੁੰਦੇ ਬੱਚੇ ਜਿਵੇਂ ਖੇਡਾਂ ਖੇਡਦੇ ਆ ਤੁਸੀਂ ਕਿਹੜੀ ਖੇਡਾਂ ਖੇਡਦੇ ਸੀਗੇ ਉੱਥੇ ਹਾਂ ਗੁੱਲੀ ਡੰਡਾ ਕਹਿੰਦੇ ਸੀ ਉਹਨੂੰ ਜਾਣਦਾ ਅੱਛਾ ਇੱਕ ਡਾਂਗ ਪਲੰਗਾ ਹੁੰਦਾ ਕੀ ਡਾਂਗ ਪਲੰਗਾ ਉਹ ਕੀ ਹੁੰਦਾ ਉਹ ਤੈਨੂੰ ਦੱਸ ਦਿੰਦਾ ਵੀ ਡੰਡਾ ਇੰਨਾ ਕੁ ਲੈ ਲੈਣਾ ਚਾਰ ਪੰਜ ਖੇਲਣ ਲੱਗ ਜਾਣੇ ਅੱਛਾ ਇੱਥੋਂ ਡੰਡਾ ਚੱਕਣਾ ਲੱਤ ਚੱਕਣੀ ਮਾਂ ਨਾ ਦਰਵਾਜ਼ੇ 'ਚ ਉਹ ਮੁੰਡੇ ਨੇ ਚੱਕ ਕੇ ਲਿਆਉਣਾ ਤਾਂ ਆ ਕੇ ਫਿਰ ਸਾਨੂੰ ਛੂਹਣਾ ਅਸੀਂ ਦਰਖਤ 'ਤੇ ਚੜ੍ਹ ਜਾਣਾ ਉਹਨੇ ਮਗਰ ਦਰਖਤ 'ਤੇ ਚੜ੍ਹ ਜਾਣਾ ਅਸੀਂ ਛਾਲਾ ਮਾਰ ਕੇ ਡੰਡਾ ਫਿਰ ਪੁੱਛ ਲੈਣਾ ਅੱਛਾ ਇਹਨੂੰ ਡਾਂਗ ਬਣਗਾ ਕਹਿੰਦੇ ਆ ਗੁੱਲੀ ਡੰਡਾ ਤਾਂ ਤੁਸੀਂ ਦੇਖਿਆ ਹੀ ਹੋਣਾ ਇੰਨੀ ਕੁ ਹੁੰਦੀ ਆ ਮਾਂ ਨਾਲ ਦੇਖਿਆ ਆਹ ਜਿਹੜੀ ਖੇਡ ਆ ਨਾ ਇਹ ਬੰਦੇ ਜ਼ਿਕਰ ਕਰਦੇ ਤੇ ਸਾਨੂੰ ਇਹਦੀ ਸਮਝ ਨਹੀਂ ਆਉਂਦੀ ਸੀ ਵੀ ਠੀਕ ਹੈ ਇਹ ਇਹਨੂੰ ਇਹ ਕਹਿੰਦੇ ਆ ਜੀ ਅੱਛਾ ਫਿਰ ਤੁਸੀਂ ਸਕੂਲੇ ਗਏ ਪੜ੍ਹੀਆਂ ਜਿਹੋ ਜਿਹੇ ਨਾ ਪੜ੍ਹੀਆਂ ਭਲਿਆ ਲੋਕਿਆ ਖੁਰ ਗਈਆਂ ਪੰਜਵੀਂ ਛੇਵੀਂ ਚੋਂ ਹਟ ਗਏ ਮੁੜ ਕੇ ਕਾਪੀ ਨੀ ਚੱਕ ਕੇ ਦੇਖੀ ਬਾਹੀ ਵਾਲੀ ਹੋ ਗਏ ਕੀ ਵਜ੍ਹਾ ਕੀ ਬਣੀ ਵਜ੍ਹਾ ਕੀ ਬਣਨੀ ਸੀ ਮੇਰੀ ਅੱਖਾਂ 'ਚ ਨੁਕਸ ਪੈ ਗਿਆ ਸੀ ਨਕਸ ਬਣ ਗਿਆ ਸੀ ਨਜ਼ਰ ਬਿਲਕੁਲ ਬੰਦ ਹੋ ਗਈ ਸੀ ਮੇਰੀ ਉਹ ਐ ਨਹੀਂ ਸੀ ਦੀਦੀ ਕੋਈ ਸ਼ਾਇਰ ਨਹੀਂ ਹੋਈ ਉਹ ਇੱਕ ਕੋਈ ਸਿਆਣੇ ਗੱਲ ਕਰਦੇ ਆ ਹਾਂ ਦਮ ਦਰੂਦ ਵਾਲੇ ਇੱਕ ਚੁਰਸਤਾ ਹੁੰਦਾ ਜਿਵੇਂ ਉਹ ਦੇਖੋ ਨਾ ਚੁਰਸਤਾ ਉਹਦੇ 'ਤੇ ਕਿਸੇ ਨੇ ਟੂਣਾ ਕੀਤਾ ਸੀ ਉਹਦੇ ਉੱਤੇ ਦੀ ਮਨੰਗ ਆ ਬਸ ਫਿਰ ਹੌਲੀ ਹੌਲੀ ਅੱਲਾ ਨੇ ਕਰਮ ਕਰਤਾ ਇਹ ਉਸ ਵਕਤ ਮੈਂ ਪੰਜਵੀਂ ਚੌਥੀ 'ਚ ਪੜ੍ਹਦਾ ਸੀ ਜਿਸ ਵਕਤ 'ਤੇ ਨਜ਼ਰ ਬੰਦ ਹੋਈ ਆ ਫਿਰ ਮੇਰਾ ਵਾਲਦ ਮੈਨੂੰ ਲੈ ਗਿਆ ਗੋਜਰੇ ਗੋਜਰੇ ਦੋ ਚਾਰ ਦਿਨ ਰਹੇ ਗੱਡੀ 'ਚ ਗਏ ਸ਼ਰਚ ਫਿਰ ਉਹ ਜਾ ਕੇ ਬੈਠੇ ਗੋਜਰੇ ਗੋਜਰੇ ਫਿਰ ਇੱਥੇ ਆਏ ਫਿਰ ਰਾਤ ਆ ਕੇ ਰਹੇ ਜੋਧੀ ਮੇਰਾ ਵਾਲਦ ਨਾਲ ਸੀ ਫਿਰ ਪਿੰਡ ਆਏ ਫਿਰ ਆ ਛਾੜ ਧਾਂਦਰਾ ਇੱਥੇ ਆ ਆਪਣੇ ਹੁਣ
ਇੱਥੇ ਕਿਸਾਨੋਂ ਕਿਸੇ ਬੰਦੇ ਨੇ ਦੱਸ ਪਾਏ ਵੀ ਉਹ ਦਮ ਕਰਦਾ ਬੰਦਾ, ਫਿਰ ਉੱਥੇ ਅਸੀਂ ਗਏ, ਮੇਰਾ ਵਾਲ ਸਾਹਿਬ ਨਾਲ ਗਿਆ, ਉਸ ਬੰਦੇ ਨੂੰ ਟਕਰੇ ਸਾਡੇ ਕੁਤਬੇ ਦੇ ਘਰ ਬੈਠੇ ਉੱਥੇ ਨਸਾਰੀ, ਉਹਨਾਂ ਕੋਲ ਬੈਠਾ, ਉਹਨਾਂ ਨੂੰ ਜਾ ਕੇ ਪੁੱਛਿਆ ਵੀ ਇਸ ਨਾਂ ਦਾ ਬੰਦਾ ਤੁਹਾਡੇ ਹੈਗਾ, ਉਹਨੇ ਕਿਹਾ ਹੈਗਾ, ਫਿਰ ਉਹਨੇ ਦਮ ਦਮ ਕੀਤਾ ਜੀ, ਫਿਰ ਅੱਲਾ ਕਰੇ ਉਹਨੇ ਤਬੀਰ ਦਿੱਤੇ ਪੀਣ ਵਾਸਤੇ, ਚਿੱਟੇ ਮਾਰਨ ਵਾਸਤੇ, ਗਲਜ ਪਾਉਣ ਵਾਸਤੇ, ਅੱਲਾ ਕਰੇ ਨਜ਼ਰ ਖੁੱਲ ਗਿਆ ਪੂਰੇ। ਚਲੋ ਮਾਸ਼ਾਅੱਲਾ, ਫਿਰ ਆਪਾਂ ਹੁਣ ਮਿਲਦੇ ਹਾਂ ਉੱਥੇ ਤੁਹਾਡੇ ਬਜ਼ੁਰਗਾਂ ਦੇ ਨਾਲ, ਹੈਂ ਉੱਥੇ ਚੱਲਦੇ ਹਾਂ। ਕਿੱਥੇ? ਜਿਹੜਾ ਤੁਸੀਂ ਕਹਿੰਦੇ ਕਿ ਤੁਹਾਡੇ ਬਜ਼ੁਰਗ ਬੈਠੇ, ਉਹ ਹੈਗਾ, ਉਹਨਾਂ ਨੂੰ ਟਕਰਾ ਦਿੰਦਾ ਤੁਹਾਨੂੰ, ਕਿਉਂ ਜੀ ਇਹ ਕਿਹੜੀ ਗੱਲ ਆ।